ਦਰਵਾਜ਼ਾ ਖੜ ਗਿਆ ਕੌਣ ਜੀ ਅਸੀਰਾਂ ਕਾਫਰਾਂ ਦੀ ਕੈਦ ਵਿੱਚੋਂ ਹੁਣੇ ਹੁਣੇ ਰਹਾਉ ਕਰਕੇ ਆ ਜ਼ਾਲਮਾਂ ਭੁੱਖਿਆਂ ਤੜਪਾ ਛੜਿਆ ਏ ਮੁਹੰਮਦ ਦੀ ਬੇਟੀ ਮੈਨੂੰ ਖਾਣਾ ਖਿਲਾ ਦਿਓ ਫਰਮਾਇਆ ਬੇਟਾ ਤੀਸਰੀ ਰੋਟੀ ਇਸੇ ਅਸੀਰ ਨੂੰ ਕੈਦੀ ਨੂੰ ਦਿਆਓ ਅਸੀਂ ਪਾਣੀ ਦੀ ਘੁੱਟ ਨਾਲ ਰੋਜ਼ਾ ਅਫਤਾਰ ਕਰ ਲਵਾਂਗੇ ਇਸੇ ਤਰ੍ਹਾਂ ਰਾਤ ਗੁਜ਼ਾਰੀ ਸੁਬੋ ਅਫਤਾਰੀ ਸਾਰੀ ਦੇ ਟਾਈਮ ਵੀ ਪਾਣੀ ਦੀ ਘੁੱਟ ਨਾਲ ਨੀਅਤ ਰੋਜ਼ੇ ਦੀ ਕਰ ਲਈ ਸਵੇਰੇ ਸੈਯਦਾ ਫਾਤਿਮਾ ਆਪਣੇ ਅੱਬੇ ਨੂੰ ਮਿਲਣ ਵਾਸਤੇ ਗਈਆਂ ਅੱਲਾ ਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਖੁਸ਼ੀ ਨਾਲ ਆਪ ਅੱਗੇ ਬੜੇ ਸੈਯਦਾ ਦਾ ਇਸਤਕਬਾਲ ਫਰਮਾਇਆ ਮੇਰੇ ਨਬੀ ਨੇ ਪਿਸ਼ਾਨੀ ਤੇ ਬੋਸਾ ਦਿੱਤਾ ਆਕਾ ਫਰਮਾ ਦੇ ਫਾਤਿਮਾ ਕੱਲ ਵਾਲੇ ਤੇਰੇ ਅਮਲ ਨੂੰ ਅੱਲਾ ਨੇ ਇਤਨਾ ਕਬੂਲ ਫਰਮਾਇਆ ਹੈ ਆਸਮਾਨਾਂ ਤੋਂ ਕੁਰਾਨ ਨੂੰ ਤਾਰ ਛੜਿਆ ਹੈ وَيُطْعِمُونَ الطَّعَامَ عَلَىٰ حُبِّهِ مِسْكِينًا وَيَتِيمًا وَأَسِيرًا إنما نطعمكم لوجه الله لا نريد منكم جزاء ولا شكورا ਅੱਲਾ ਦੇ ਪਿਆਰੇ ਨਬੀ ਫਰਮਾਉਂਦੇ ਨੇ ਫਾਤਿਮਾ ਅੱਲਾ ਨੇ ਫਰਮਾਇਆ ਪਹਿਲੇ ਮਿਸਕੀਨ ਆਇਆ ਫਿਰ ਯਤੀਮ ਆਇਆ ਹਜੇ ਫਿਰ ਅਸੀਰ ਆਇਆ ਇਸੇ ਤਰਤੀਬ ਨਾਲ ਅਰਸ਼ਾਂ ਤੋਂ ਰੱਬ ਦਾ ਕੁਰਾਨ ਆਇਆ ਏ ਸ਼ੁਕਰੀਏ ਸ਼ੁਕਰੀਏ ਦੇ ਤਲਬਗਾਰ ਨਹੀਂ ਇਹ ਖਾਣਾ ਖਿਲਾਉਂਦੇ ਨੇ ਇਨਮਾ ਨੁਤਇਮੁਕੁਮ ਲਿਵਜਿਲਲਾ ਅੱਲਾ ਦੀ ਰਜ਼ਾ ਦੀ ਖਾਤਰ ਜੀ ਮੇਰੇ ਪਿਆਰੇ ਵੀਰ ਇੱਕ ਦਿਨ ਅਨਸਾਰੀਆਂ ਦੀ ਇੱਕ ਔਰਤ ਨੇ ਸੈਯਦਾ ਫਾਤਿਮਾ ਨੂੰ ਇਵੇਂ ਗੋਸ਼ਤ ਭੁਨੇ ਹੋਏ ਦਾ ਇੱਕ ਟੁਕੜਾ ਦੋ ਰੋਟੀਆਂ ਖਲਾਈਆਂ ਗਿਫਟ ਦੇ ਤੌਰ ਤੇ ਸੈਯਦਾ ਫਾਤਿਮਾ ਆਪਣੇ ਅੱਬੇ ਨੂੰ ਪੈਗਾਮ ਪਹੁੰਚਾਉਂਦੀਆਂ ਨੇ ਕਹਿੰਦੀ ਨੇ ਅੱਬੂ ਜੀ ਮੇਰੇ ਕੋਲ ਦਾਵਤ ਆ ਕਰਕੇ ਖਾਓ ਸਾਡੇ ਘਰ ਅੰਦਰ ਤਸ਼ਰੀਫ ਲਿਆਓ ਅੱਲਾ ਦੇ ਨਬੀ ਤਸ਼ਰੀਫ ਲਿਆਏ ਸੈਯਦਾ ਫਾਤਿਮਾ ਨੇ ਰੋਟੀਆਂ ਤੇ ਭੁਨੇ ਹੋਏ ਗੋਸ਼ਤ ਦਾ ਟੁਕੜਾ ਉੱਤੇ ਕੱਪੜਾ ਦੇ ਕੇ ਸੰਭਾਲ ਰੱਖਿਆ ਨਾ ਜੂ ਹੀ ਕੱਪੜਾ ਉਠਾਇਆ ਉਹ ਸਾਰੇ ਦਾ ਸਾਰਾ ਬਰਤਨ ਰੋਟੀਆਂ ਤੇ ਬੋਟੀਆਂ ਨਾਲ ਭਰਿਆ ਪਿਆ ਹੈ ਪਿਆਰੇ ਨਬੀ ਦੇ ਅੱਗੇ ਕਿਤਨੇ ਸਾਰੇ ਟੁਕੜੇ ਬੁਨੇ ਗੋਸ਼ ਦੇ ਕਿਤਨੀਆਂ ਸਾਰੀਆਂ ਰੋਟੀਆਂ ਚਲੀਆਂ ਗਈਆਂ ਅੱਲਾ ਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਪੁੱਛਦੇ ਨੇ ਬੇਟੀ ਇਹ ਖਾਣਾ ਕਿਧਰੋਂ ਆਇਆ ਹੈ ਸੈਯਦਾ ਫਾਤਿਮਾ ਅਰਜ਼ ਕਰਦੀਆਂ ਨੇ ਕਾਲਤ ਹੁਆ ਮਿਨ ਇਹ ਅੱਲਾ ਸੋਹਣੇ ਦੀ ਤਰਫੋਂ ਮੇਰੇ ਨਬੀ ਇਤਨੇ ਖੁਸ਼ ਹੋਏ ਕਿ ਮੇਰੀ ਬੇਟੀ ਨੇ ਹਜ਼ਰਤ ਮਰੀਮ ਵਾਲਾ ਜਵਾਬ ਦਿੱਤਾ ਹੈ ਅਲਗਰਤ ਸੀਰਤ ਅਲੀ ਵਾ ਫਾਤਿਮਾ ਇੱਕ ਦਿਨ ਹਜ਼ਰਤ ਅਲੀ ਈਦ ਵਾਲੇ ਦਿਨ ਗਾ ਰਹੇ ਸੈਯਦਾ ਫਾਤਿਮਾ ਹਜ਼ਰਤ ਫਾਤਿਮਾ ਸੈਯਦਾ ਫਾਤਿਮਾ ਨੂੰ ਹਜ਼ਰਤ ਅਲੀ ਇਵੇਂ ਪਰੇਸ਼ਾਨ ਪਰੇਸ਼ਾਨ ਵੇਖ ਕੇ ਆਖਦੇ ਨੇ ਫਾਤਿਮਾ ਈਦ ਵਾਲੇ ਦਿਨ ਤੇ ਹਰ ਬੰਦਾ ਖੁਸ਼ ਨਜ਼ਰ ਆਉਂਦਾ ਹੈ ਤੂੰ ਮੰਜੀ ਮੱਲੀ ਪਈ ਏ ਹਜ਼ਰਤ ਫਾਤਿਮਾ ਅਰਜ਼ ਕਰਦੀਆਂ ਨੇ ਅਲੀ ਜੀ ਜਿਹਦਾ ਬਾਬਾ ਮੁਹੰਮਦ ਜੁਦਾ ਹੋ ਗਿਆ ਹੋਵੇ ਉਹ ਧੀ ਭਲਾ ਕਿਵੇਂ ਖੁਸ਼ ਨਜ਼ਰ ਆ ਸਕਦੀ ਏ ਇੱਕ ਦਿਨ ਹਜ਼ਰਤ ਅਲੀ ਘਰੇ ਆਏ ਸੈਯਦਾ ਫਾਤਿਮਾ ਇਵੇਂ ਜਨਾਬ ਹਜ਼ਰਤ ਜ਼ੈਨਬ ਨੂੰ ਨਹਿਲਾ ਰਹੀਆਂ ਨੇ ਕੰਘੀ ਕਰ ਰਹੀਆਂ ਨੇ ਹਸਨ ਨੂੰ ਨਹਿਲਾਉਂਦੀਆਂ ਪਈਆਂ ਨੇ ਹਜ਼ਰਤ ਅਲੀ ਵੇਖਦੇ ਪਏ ਨੇ ਕਿ ਕਹਿੰਦੀਆਂ ਨੇ ਬੇਟਾ ਜ਼ੈਨਬ ਬੇਟੀ ਆਪਣੇ ਛੋਟੇ ਵੀਰਿਆਂ ਦਾ ਖਿਆਲ ਕਰੇ ਮਤ ਮਾਂ ਵਾਲੀ ਤਰਬੀਅਤ ਅੱਜ ਦੇ ਬਾਅਦ ਖਤਮ ਹੋ ਜਾਏ ਮੁੱਕ ਜਾਏ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨ ਵੇਖਦੇ ਨੇ ਸੈਯਦਾ ਫਾਤਿਮਾ ਕਹਿੰਦੀਆਂ ਨੇ ਹਸਨੈਨ ਬੇਟਾ ਰੱਜ ਕਰਕੇ ਅੰਮੀ ਅੰਮੀ ਆਖ ਲਓ ਮਤ ਮਾਂ ਵਾਲੀ ਤਰਬੀਅਤ ਅੱਜ ਦੇ ਬਾਅਦ ਮੁੱਕ ਜਾਵੇ ਹਜ਼ਰਤ ਅਲੀ ਫਰਮਾਉਂਦੇ ਨੇ ਫਾਤਿਮਾ ਕਿਉਂ ਘਬਰੀ ਰਹੀ ਹੈ ਨਾਲ ਬੱਚਿਆਂ ਨੂੰ ਵੀ ਘਬਰਾ ਰਹੀ ਹੈ ਸੈਯਦਾ ਅਰਜ਼ ਕਰਦੀਆਂ ਨੇ ਅਲੀ ਜੀ ਰਾਤ ਮੈਨੂੰ ਮੇਰੇ ਬਾਬੇ ਦੀ ਜ਼ਿਆਰਤ ਹੋਈ ਏ ਹਜ਼ਰਤ ਫਰਮਾ ਰਹੇ ਸਨ ਬੇਟੀ ਦੁਨੀਆਂ ਦੇ ਸਫ਼ਰ ਤੋਂ ਥੱਕ ਗਈ ਹੋਏਗੀ ਮੈਂ ਜੰਨਤ ਅੰਦਰ ਉਹਦੇ ਕੌਸਰ ਤੇ ਤੇਰਾ ਇੰਤਜ਼ਾਰ ਕਰ ਰਿਹਾ ਸੈਯਦਨਾ ਹਜ਼ਰਤ ਅਲੀ ਫਰਮਾਉਂਦੇ ਨੇ ਫਾਤਿਮਾ ਮੈਂ ਦੁਆ ਕਰਾਂਗਾ
ਮੰਗਾ, ਅੱਲਾ ਤੈਨੂੰ ਸਿਹਤ ਅਤਾ ਫਰਮਾ ਦੇਗਾ। ਇੰਜ ਦੀਆਂ ਗੱਲਾਂ ਕਿਉਂ ਕਰਨੀਏ? ਸਈਦਾ ਫਾਤਿਮਾ ਅਰਜ਼ ਕਰਦੀਆਂ, ਅਲੀ ਜੀ ਰਾਤ ਮੈਨੂੰ ਮੇਰੇ ਬਾਬੇ ਦੀ ਜ਼ਿਆਰਤ ਦੱਸਦੀ ਏ ਕਿ ਮੈਂ ਦੁਨੀਆਂ ਤੋਂ ਜਾਣ ਵਾਲੀ ਹਾਂ। ਜਨਾਜ਼ਾ ਰਾਤ ਨੂੰ ਉਠਾਉਣਾ, ਫਰਮਾਇਆ ਦਿਨ ਨੂੰ ਕਿਉਂ ਨਾ ਉਠਾਵਾਂ? ਹਜ਼ਾਰਾਂ ਲੋਕ ਨਾਲ ਮਿਲਣਗੇ। ਹਜ਼ਰਤ ਅਲੀ ਫਰਮਾਉਂਦੇ ਨੇ, ਫਾਤਿਮਾ ਦਿਨ ਨੂੰ ਜਨਾਜ਼ਾ ਉਠਾਉਣ ਦਾ ਪ੍ਰੋਗਰਾਮ, ਜ਼ਿਆਦਾ ਲੋਕ ਜਨਾਜ਼ੇ ਅੰਦਰ ਸ਼ਾਮਲ ਹੋਣਗੇ। ਸ਼ਹੀਦ ਅਰਜ਼ ਕਰਦੀਆਂ ਨੇ, ਅਲੀ ਜੀ ਜਦੋਂ ਦੀ ਮੈਂ ਬਾਲਗ ਹੋਈ ਹਾਂ, ਇਸ ਚਿਹਰੇ ਨੂੰ ਤੈਂ ਵੇਖਿਆ ਜਾਂ ਮੇਰੇ ਅੱਬੇ ਮੁਹੰਮਦ ਵੇਖਿਆ? ਤੀਸਰੇ ਬੰਦੇ ਕਿਸੇ ਨਹੀਂ ਵੇਖਿਆ। ਸ਼ਹੀਦ ਫਾਤਿਮਾ ਅੱਲਾ ਕੋਲ ਚਲੀਆਂ ਗਈਆਂ, ਜਨਾਜ਼ਾ ਰਾਤ ਨੂੰ ਉਠਾਇਆ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਜਨਾਜ਼ਾ ਪੜਾਇਆ। ਐਵੇਂ ਦਿਨੀ ਅਰਸ਼ਾਂ ਵਾਲੇ ਆਖਿਆ, ਇਹ ਉਹ ਲੋਕ ਨੇ, ਇਨ ਸਬਕਤ ਲਹੁਮ ਮਿਨ ਅਲ ਹੁਸਨਾ, ਜਿਨ੍ਹਾਂ ਦੀਆਂ ਨੇਕੀਆਂ ਸਬਕਤ ਲੈ ਗਈਆਂ।